ਰਾਜੀ ਮਿਹਰਪਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਲਾਈਵ ਪ੍ਰੋਗਰਾਮ ਕਿੰਜਾਮਾ ਪਰਦੇਸ਼ ਦੇ ਵਿੱਚ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਇਹ ਲਾਈਵ ਸ਼ੋਅ ਲੈ ਕੇ ਅਸੀਂ ਤੁਹਾਡੇ ਸਾਰਿਆਂ ਦੇ ਲਈ ਹਾਜ਼ਰ ਹੋ ਗਏ ਹਾਂ ਜੀ ਤੇ ਜੇਕਰ ਅੱਜ ਤੁਸੀਂ ਵੀ ਆਪਣੇ ਘਰੇ ਬੈਠੇ ਹੋ ਪਰਦੇਸ਼ ਜਾਣਾ ਚਾਹੁੰਦੇ ਹੋ ਬਟ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਕੋਈ ਵੀ ਦਿੱਕਤ ਆ ਰਹੀ ਹੈ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਕੋਈ ਸਵਾਲ ਹੈ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਲਈ ਬਣਦੀ ਹੈ ਆਈਐਲਟੀਐਸ ਦੇ ਬੈਂਡਸ ਘੱਟ ਹੈ ਪਰਸੈਂਟੇਜ ਘੱਟ ਹੈ ਕਿਹੜੀ ਚੀਜ਼ ਤੁਹਾਡੇ ਲਈ ਕਰੀਅਰ ਦੇ ਵਿੱਚ ਇੱਕ ਬੈਸਟ ਸੂਟੇਬਲ ਆਪਸ਼ਨ ਰਹੇਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਤੁਸੀਂ ਜੇ ਜਾਣਨਾ ਚਾਹੁੰਦੇ ਹੋ ਫਿਰ ਤੁਸੀਂ ਬਿਲਕੁਲ ਸਹੀ ਸ਼ੋਅ ਦੇਖ ਰਹੇ ਹੋ ਕਿਉਂਕਿ ਇਸ ਸ਼ੋਅ ਦੇ ਰਾਹੀਂ ਤੁਹਾਨੂੰ ਤੁਹਾਡੇ ਸਾਰਿਆਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਜੇ ਤੁਸੀਂ ਆਪਣੇ ਸਵਾਲ ਜਾਂ ਆਪਣੇ ਡਾਊਟ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਫਿਰ ਕਾਲਿੰਗ ਨੰਬਰ ਤੁਹਾਡੀ ਟੈਲੀਵਿਜ਼ਨ ਸਕਰੀਨ ਤੇ ਡਿਸਪਲੇ ਹੋਣਾ ਸ਼ੁਰੂ ਹੋ ਗਿਆ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਨੂੰ ਆਪਣਾ ਨਾਂ ਦੱਸਣਾ ਹੈ ਆਪਣੀ ਪ੍ਰੋਫਾਈਲ ਸ਼ੇਅਰ ਕਰਨੀ ਹੈ ਕੁਆਲੀਫਿਕੇਸ਼ਨ ਸ਼ੇਅਰ ਕਰਨੀ ਹੈ ਤੇ ਪੁੱਛਣਾ ਹੈ ਜੀ ਆਪਣਾ ਸਵਾਲ ਬਟ ਸਾਡੇ ਕਾਲਰਸ ਨੂੰ ਮੈਂ ਵਾਰ-ਵਾਰ ਇੱਕੋ ਹੀ ਰਿਕੁਐਸਟ ਕਰਦੀ ਹਾਂ ਤੇ ਅੱਜ ਵੀ ਕਰੂੰਗੀ ਕਿ ਮੇਰੀ ਹੰਬਲ ਰਿਕੁਐਸਟ ਹੈ ਜੀ ਕਿ ਜਦੋਂ ਵੀ ਕਾਲ ਕਰਦੇ ਹੋ ਪਲੀਜ਼ ਆਪਣੇ ਟੈਲੀਵਿਜ਼ਨ ਸੈਟਸ ਦੀ ਵੋਲਿਊਮ ਘਟਾ ਕੇ ਡਾਇਰੈਕਟਲੀ ਫੋਨ ਦੇ ਥਰੂ ਗੱਲ ਕਰਿਆ ਕਰੋ ਤੇ ਨਾਲ ਦੇ ਨਾਲ ਨੈਟਵਰਕ ਏਰੀਆ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ ਅੱਜ ਸ਼ੋਅ ਦੇ ਵਿੱਚ ਅਸੀਂ ਬਹੁਤ ਸਾਰੀ ਕ੍ਰਾਈਟੇਰੀਆ ਡਿਸਕਸ ਕਰਾਂਗੇ ਐਲੀਜੀਬਿਲਿਟੀ ਡਿਸਕਸ ਕਰਾਂਗੇ ਕੈਨੇਡਾ ਦੇ ਬਾਰੇ ਗੱਲ ਕਰਾਂਗੇ ਤੇ ਹੋਰ ਵੀ ਕਈ ਕੰਟਰੀਜ਼ ਦੇ ਬਾਰੇ ਗੱਲ ਕਰਾਂਗੇ ਤਾਂ ਤੁਹਾਡੇ ਸ਼ੋਅ ਦੇ ਵਿੱਚ ਕੁਐਸਚਨਸ ਮੋਸਟ ਵੈਲਕਮ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਟੂਡੀਓ ਦੇ ਵਿੱਚ ਸਟੱਡੀ ਵੀਜ਼ਾ ਐਕਸਪਰਟ ਵੀ ਮੌਜੂਦ ਨੇ ਜੀ ਮਿਸਟਰ ਨਵਨੀਤ ਸਿੰਘ ਫਰਮ ਗੋ ਗਲੋਬਲ ਕੰਸਲਟੈਂਟਸ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਰੁਪਾਂਸ਼ੀ ਸਤਿ ਸ੍ਰੀ ਅਕਾਲ ਤੇ ਧੰਨਵਾਦ ਸਾਰੇ ਵਿਊਅਰਸ ਦਾ ਤੇ ਤਕਨੀਕੀ ਟੀਮ ਦਾ ਜਿੰਨਾ ਸਦਕੇ ਤੁਹਾਡੇ ਨਾਲ ਰੂਬਰੂ ਹੋਣਾ ਸੋ ਸ਼ਨੀਵਾਰ ਨੂੰ ਤੁਸੀਂ ਮੈਨੂੰ ਵੱਖ ਵੱਖ ਚੈਨਲ ਵੱਖ ਵੱਖ ਮੰਚ ਤੇ ਲਾਈਵ ਦੇਖਦੇ ਹੋ ਸੋ ਇਹ ਉਪਰਾਲਾ ਤਾਂ ਹੀ ਹੁੰਦਾ ਕਿ ਤੁਹਾਡੇ ਪੁੱਛੇ ਹੋਏ ਸਵਾਲਾਂ ਦੇ ਆਧਾਰ ਤੇ ਪ੍ਰੋਗਰਾਮ ਦਾ ਸੰਚਾਲਨ ਹੋਵੇ ਔਰ ਇੱਕ ਸੱਚ ਸਮਝਾਇਆ ਜਾਵੇ ਕੈਨੇਡਾ ਆਸਟ੍ਰੇਲੀਆ USA UK ਸਿੰਗਾਪੁਰ ਰਿਐਲਿਟੀ ਕੀ ਹੈ ਉਹ ਕਹਿੰਦੇ ਹੁੰਦੇ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਮਾਂ ਸਵਾਤੀ ਸੋ ਮੁਲਕ ਤਾਂ ਅੱਡ ਹਰ ਇੱਕ ਨੂੰ ਸੂਟ ਕਰਨੇ ਹੈ ਸੋ ਜਿਹਦੀ ਜਿੰਨੀ ਆਰਥਿਕ ਸ਼ਮਤਾ ਜਿੰਨੀ ਵਿਦਿਅਕ ਸ਼ਮਤਾ ਉਹਦੇ ਆਧਾਰ ਤੇ ਇੱਕ ਤੁਹਾਨੂੰ ਸਹੀ ਸਲਾਹ ਦੀ ਕੋਸ਼ਿਸ਼ ਦੇ ਦੀ ਕਰਾਂਗੇ ਸੋ ਬਾਕੀ ਜਿਵੇਂ ਰੁਪਾਂਸ਼ੀ ਦੇ ਸਵਾਲ ਹੋਣਗੇ ਜੀ ਉਹਦੇ ਆਧਾਰ ਤੇ ਗੱਲਬਾਤ ਜਾਰੀ ਰਹੇ ਜੀ ਤੇ ਸਰ ਅੱਜ ਕਿਊਬਿਕ ਦੇ ਨਾਲ ਸ਼ੁਰੂਆਤ ਕਰਨਾ ਚਾਹੂੰਗੀ ਕਿਉਂਕਿ ਬਹੁਤ ਸਾਰੇ ਸਮੇਂ ਤੋਂ ਕਨਫਿਊਜ਼ਨ ਦਾ ਵਿਸ਼ਾ ਰੁਪਾਂਸ਼ੀ ਬਿਲਕੁਲ ਠੀਕ ਹੈ ਕਿਊਬਿਕ ਐਸਟੇਮਿਕ ਪੇਨ ਪੁਆਇੰਟ ਇੱਕ ਦਰਦ ਜਾਂ ਇੱਕ ਨਸੂਰ ਬਣਿਆ ਜਿਹਨੂੰ ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ ਸਾਰੇ ਕਹਿੰਦੇ ਸੀ ਕਿਊਬਿਕ ਚੱਲ ਜਾਓ ਕਿਊਬਿਕ ਚੱਲ ਜਾਓ ਕਿਊਬਿਕ ਚੱਲੋ ਰੁਕੀਆਂ ਹੋਈਆਂ PPR ਰੁਕੀ ਹੋਈ ਪਾਸਪੋਰਟ ਰਿਕੁਐਸਟ ਡਰ ਵਾਲੀ ਗੱਲ ਹੈ ਬਟ ਕਿਤੇ ਨੈਗੇਟਿਵ ਫੀਡਬੈਕ ਨਾ ਕਾਲਜ ਪੱਖੋਂ ਆਇਆ ਨਾ ICCRC ਪੱਖੋਂ ਆਇਆ ਨਾ ਕਿਊਬਿਕ ਦੀ ਗਵਰਨਮੈਂਟ ਵੱਲੋਂ ਆਇਆ ਨਾ ਹਾਇਰ ਐਜੂਕੇਸ਼ਨ ਮਿਨਿਸਟਰੀ ਵੱਲੋਂ ਆਇਆ ਯੈਸ ਪ੍ਰੋਸੈਸਿੰਗ ਸਲੋ ਹੋਈ ਹੋਈ ਹੈ ਨੋ ਡਾਊਟ ਅਬਾਊਟ ਇਟ ਬਟ ਕੋਈ ਇਹੋ ਜਿਹੀ ਖਾਸ ਜਿਹਨੂੰ ਕਹਿੰਦੇ ਸੂਤਰਾਂ ਤੋਂ ਜਾਣਕਾਰੀ ਇਹੋ ਜਿਹੀ ਕੋਈ ਸਟੀਕ ਜਾਣਕਾਰੀ ਇਸ ਆਧਾਰ ਤੇ ਨਹੀਂ ਹੈ ਕਿ ਜਿਹੜਾ ਆਪਾਂ ਨੂੰ ਨੈਗੇਟਿਵ ਘੋਸ਼ਿਤ ਕਰ ਦਈਏ ਜਾਂ ਇਹ ਕਹਿ ਦਈਏ ਕੋਈ ਡਰ ਨਹੀਂ ਸੋ ਮੇਰੀ ਨਿੱਜੀ ਧਾਰਨਾ ਹੈ ਕਿ ਸ਼ਾਇਦ ਜਦੋਂ ਕਿਊਬਿਕ ਸਟਾਲ ਕੀਤਾ ਸੀਗਾ ਰੋਕਿਆ ਸੀਗਾ ਉਦੋਂ ਫਾਈਲਸ ਟੋਰਾਂਟੋ ਦੀ ਪਹਿਲਾਂ ਪਿਕ ਹੋ ਗਈਆਂ ਸੋ ਪ੍ਰੋਸੈਸਡ ਫਾਈਲ ਕਲੀਅਰ ਕਰਕੇ ਉਹਨੂੰ ਲੌਟ ਨੂੰ ਪਿਕ ਕਰਦੇ ਆ ਜਾਂ ਕੋਈ ਹਰਦੇਸ਼ ਹੈ ਇਹਦੀ ਕੋਈ ਜਾਣਕਾਰੀ ਨਹੀਂ ਸੋ ਕਾਲਰਸ ਮੇਰਾ ਖਿਆਲ ਵਿਆਕੁਲ ਜੀ ਕਾਲ ਲਈਏ ਹੈਲੋ 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 ਜੀ ਤੇ ਸਰ ਕਿਊਬਿਕ ਦੀ ਜਦੋਂ ਚਲੋ ਪਹਿਲਾਂ ਆਪਾਂ ਕਾਲਰ ਲੈਣ ਦੀ ਕੋਸ਼ਿਸ਼ ਕਰਦੇ ਆ ਹੈਲੋ ਹੈਲੋ ਜੀ ਤੇ ਸਰ ਕਿਊਬਿਕ ਦੀ ਮੈਂ ਇਹ ਤੁਹਾਡੇ ਕੋਲ ਪੁੱਛਣਾ ਚਾਹ ਰਹੀ ਸੀ ਕਿ ਤੁਸੀਂ ਮਤਲਬ ਜਿਹੜੇ ਨਵੇਂ ਐਪਲੀਕੈਂਟਸ ਨੇ ਉਹਨਾਂ ਦਾ ਵੀ ਮਤਲਬ ਹੁਣ ਕਈ ਜ਼ਿਆਦਾ ਇਸ ਬਾਰੇ ਰੁਪਾਂਸ਼ ਜੀ ਔਖਾ ਸਵਾਲ ਪੁੱਛ ਰਿਹਾ ਰੁਪਾਂਸ਼ ਜੀ ਆਫਰ ਲੈਟਰਸ ਕਿਉਂ ਨਹੀਂ ਆ ਰਹੇ ਸਰ ਮਤਲਬ ਰੁਪਾਂਸ਼ ਜੀ ਔਖਾ ਸਵਾਲ ਪੁੱਛ ਲਿਆ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨਾ ਵੀ ਸਕੂਲ ਚ ਕਹਿੰਦੇ ਹੁੰਦੇ ਸੀ ਵੀ ਔਖਾ ਸਵਾਲ ਹੈ ਦੇਖੋ ਅੱਜ ਕਿਊਬਿਕ ਅਪਲਾਈ ਕਰਦੇ ਡਰ ਵੀ ਲੱਗਦਾ ਰਾਈਟ ਕਿ ਜੇ CAQ ਡਿਲੇ ਹੋ ਗਈ ਉਸ ਤੋਂ ਬਾਅਦ ਪਾਸਪੋਰਟ ਰਿਕੁਐਸਟ ਡਿਲੇ ਹੋ ਗਈ ਬਟ ਉੱਥੇ ਹੀ ਦੂਜੇ ਪਾਸੇ ਜਿਹੜੇ ਨਿਊ ਕਾਲਜਸ ਚਾਹੁੰਦੇ ਕਾਇਆ ਜਦੋਂ ਉਹਨਾਂ ਨਾਲ ਗੱਲ ਹੋ ਰਹੀ ਹੈ PPRs ਵੀ ਦਿਖਾਈਆਂ ਆਫਰਸ ਵੀ ਆ ਰਹੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਬਿਲਕੁਲ ਆਪਾਂ ਹੀ ਚੁੱਪ ਕਰ ਜਾਈਏ ਤਾਂ ਸਵਾਲ ਕਰਨਗੇ ਉਹ ਸੋ ਰਿਕੁਐਸਟ ਹੈ ਜੀ ਟੀਵੀ ਤੋਂ ਮਾੜਾ ਜਿਹਾ ਦੂਰ ਹੋ ਕੇ ਗੱਲ ਕਰ ਲਿਆ ਕਰੋ ਹੈਲੋ ਹੈਲੋ ਜੀ ਤੇ ਸਰ ਜੀ ਇਨਟੇਕ ਦੀ ਗੱਲ ਕਰਾਂ ਹੁਣ ਮੇ ਇਨਟੇਕ ਲਈ ਵੀ ਸੀਟਸ ਹੈਗੀਆਂ ਨੇ ਜੇ ਆਪਾਂ ਇਨਟੇਕਸ ਦੀ ਗੱਲ ਕਰੀਏ ਸਾਡੇ ਕੋਲ ਹਲੇ ਟੋਰਾਂਟੋ ਵੀ ਮੇ ਪਿਆ ਜੁਲਾਈ ਵੀ ਪਿਆ ਔਰ ਸਪਟੈਂਬਰ ਵੀ ਪਿਆ ਜੇ ਦੂਜੇ ਪਾਸੇ ਗੱਲ ਕਰੀਏ ਜਨਵਰੀ 22 ਵੀ ਓਪਨ ਹੋ ਗਿਆ ਓਕੇ ਰਾਈਟ ਸੋ ਜਨਵਰੀ 22 ਸਪਟੈਂਬਰ 22 ਵੀ ਓਪਨ ਡਿਪੈਂਡਸ ਅਪਨ ਅਸੀਂ ਕਿੱਥੇ ਤੇ ਕੀ ਪੜਨਾ ਚਾਹੁੰਦੇ ਸੋ ਸਾਡੀ ਪ੍ਰੋਬਲਮ ਕੀ ਹੈ ਕਿ ਸਾਡੇ ਕੋਲੇ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਕਾਲਜ ਨਾਲ ਕੰਮ ਕਰਨ ਦਾ ਸਬੱਬ ਹੈ ਮੌਕਾ ਹੈ ਸੋ ਹਰ ਇੱਕ ਦੀਆਂ ਡੈਡਲਾਈਨਸ ਵੱਖਰੀਆਂ ਬਟ ਮੇ ਵੀ ਓਪਨ ਹੈ ਜੁਲਾਈ ਤਾਂ ਵੱਡੇ ਪੱਧਰ ਤੇ ਟੋਰਾਂਟੋ ਹੋਊਗਾ ਜੁਲਾਈ ਇਨਟੇਕ ਬਹੁਤ ਵੱਡੇ ਪੱਧਰ ਤੇ ਟੋਰਾਂਟੋ ਦੇ ਵਿੱਚ ਸਾਨੂੰ ਐਕਸਪੈਕਟਡ ਹੈ ਉਧਰੋਂ ਹੀ ਅਲਬਰਟਾ ਤੇ BC ਨੇ ਕਲੀਅਰ ਕਹਿਤਾ ਹੈ ਕਿ ਅਸੀਂ ਸਪਟੈਂਬਰ ਇਨਟੇਕ ਫੇਸ ਟੂ ਫੇਸ ਕਰਾਂਗੇ ਸੋ ਇੱਕ ਵੱਡੀ ਨਿਊਜ਼ ਹੈ ਕਿ ਅਲਬਰਟਾ ਤੇ BC ਨੇ ਹਾਂ ਭਰੀ ਹੈ ਜੀ ਇਸ ਦੇ ਨਾਲ ਹੀ ਜੀ ਅਗਲੇ ਦਰਸ਼ਕ ਵੀ ਸਾਡੇ ਨਾਲ ਨੇ ਹੈਲੋ ਹੈਲੋ ਤੁਸੀਂ ਸਵਾਲ ਕਰ ਲਿਆ ਕਰੋ ਜੀ ਆਪਣਾ ਜਦ ਤੱਕ ਤੁਹਾਡੀ ਕਾਲ ਟ੍ਰਾਂਸਫਰ ਹੋ ਕੇ ਆਉਂਦੀ ਹੈ ਥੋੜਾ ਜਿਹਾ ਹੋਲਡ ਕਰ ਲਿਆ ਕਰੋ ਟੀਵੀ ਤੇ ਆਵਾਜ਼ ਸੁਣਨ ਦੀ ਕੋਸ਼ਿਸ਼ ਨਾ ਕਰੋ ਹੈਲੋ ਹੈਲੋ
पिछले साल नवंबर कहता यूएस का रौला पैजूगा दो कारण एक कनेडा तो हो ही सकता है दूजा उथे जो बाइडन दे आने वाले एक पॉजिटिविटी का माहौल बने यूएसए कभी बांधी है नहीं यूएसए कभी बांधे नहीं यूएसए ने कभी वीजा ना ही नहीं की थी यूएस ने कभी ये नहीं क्या भी सारे आ जाओ यूएस में एक बड़ा क्लियर स्ट्रीमलाइन प्रोसेस है राइट जेडे सुबबो पंजाब देखता है जिस मंच ना पंजाब तो बच्चा यूएस में देखता है उस हिसाब ने बहुत सौखा है जितना बेस्ट ऑफ इंडिया देखता है उस हिसाब ने यूएस बहुत रिसर्च चाहिए है राइट यूएस एक रिसर्च सब्जेक्ट है क्योंकि यूएस के कला I-20 सब कुछ नहीं है पंजाब अक्सर कहता है थोड़े को I-20 है थोड़ा वीजा पक्का आऊगा या इन I-20 ले लो वीजा आजूगा या इंटरव्यू च नहीं जाके तो वीजा आजूगा या बैंगलोर चल जाओ सो इन्हें उपर आप एक पूरा प्रोग्राम करा और एक्सप्लेन करा यूएस है की है जो बच्चा सीरियसली पढ़ना चाहता है वो यूएस जावे देखो जी जिन्हें पढ़ना चाहे वह यूके जाए चाहे वह यूएस जाए चाहे आस्ट्रेलिया जाए चाहे वह कैनेडा जाए उन्हें हर मुल्क वाजा मारता है एक अंडरस्टैंड करो गल नूं तुसीं पहला भारी फीस दे के जाने हो मुड़ के जाके उत्थे पैसा इकोनॉमी च पाने हो उत्थे टैक्सेस पे करदे हो घर खरीदते हो तुहानूं ओह चाहुंदे आ एवरीबडी वांट्स अ जेन्युइन स्टूडेंट फॉर लॉन्ग टर्म जी बट सर कैनेडा दा जिद्दां वीजा आ रहे ने ते बच्चा ट्रैवल भी कर रहे राइट यूएसए बच्चा वीजा जे लै भी लवे ट्रैवल करेगा जी यूएस ट्रैवल करेगा हां यूएस दी ट्रैवल पॉलिसी भी सिंपलीफाइड है जी ते इस दे नाल ही असीं कोशिश करदे आं कि नेक्स्ट कॉलर दे नाल जुड़ सकीए हेलो हेलो सत श्री अकाल जी हां जी सर जी की सवाल है दसो केड़े वीजा ते कैनेडा जाना चाहते हो सिस्टर कोले मैं क्या केड़े वीजा ते जाना चाहते हो सिस्टर कोले कैनेडा टूरिस्ट वीजा भरा मेरे इस तरह बंदा गवांडी नूं घर बुलांदे आ डरदा साडे तां प्रोविंस ने कहता भी कितने बाहर आने जाने लगे डरना सो विजिटर वीजा एज ऑफ नाउ नॉन इसेंशियल ट्रैवल किसी प्रकार की भी नॉन इसेंशियल गैर जरूरी जिहड़ा हैगा वास्ता उहनू अज दी तारीख च बैन आ वीजा नहीं लाउंदे पासपोर्ट आए पर ट्रैवल अलाउड नहीं है जी ते सर यूएस दे लई कई बार ये भी कहा जांदा कि विदाउट आईएलटीएस भी आ जाओ इंटरव्यूज आ जाएंगे बिल्कुल पंजाबी देंगे इंटरव्यू च तो पंजाबी च दे लोगे जे एडियो कहा गड्डवी अंग्रेजी आउंदी है कि वीजा अफसर ढा लेंगे आईएलटीएस कर लो यार पीटी कर लो टोएफल कर लो जे एडी गड्डवी अंग्रेजी है कि यस वेयर यू वांट टू गो या ये कर लेंगे तो फिर आईएलटीएस कर लो यार क्यों गल्लां चाहुंदे हो हेलो हेलो मेरे ख्याल रुपांश जी कुछ कॉलर ट्रांसफर शायद साढ़े वालों गलती नहीं है नेटवर्क का सिस्टम लगता मैं अज जी सर विदाउट आयल्स तो ऑस्ट्रेलिया भी कहा जाता है दुनिया का हर मुल्क विदाउट आयल्स है जी ओके वेवर ऑफ लैंग्वेज मीडियम ऑफ इंस्ट्रक्शन के आधार पर मिलती है बट सर कॉलेज मतलब ऑप्शन दिंदी है या किदा एम्बेसी भी दिंदी है तुसी टॉप यूनिवर्सिटी तुसी MIT पढ़न जा रहे हो हार्वर्ड पढ़न जा रहे हो स्टैनफोर्ड जा रहे हो कैलिफोर्निया स्टेट जा रहे हो तुसी आईएलटीएस नहीं की थी बट बच्चा कहना जा रहा 90% वाला ना हूं मातल के 55% नंबर है या 65% नंबर है पंजाब बोर्ड है 2019 पास आउट है कहते आईएलटीएस नहीं की थी क्यों नहीं की थी हेलो हेलो हां जी मैम हां जी मैम लाइव कॉल चल रही जी की क्वेश्चन है थोड़ा बच्चे का की तुसी कह रहे हो बेटे का की कह रहे हो मैम फाइल लाई हुई है लानी है जी अच्छा जी मैम सच्चे पातशाह वाह गुरु जाने मान साहब का गाना सी बड़ा मशहूर सो अज तरह PPR कदों आऊगी कदों नहीं आऊगी PPR आने तो बाद पेमेंट लिंक किन्ने दिन एक्टिव होगा डिपॉजिट होने तो किन्ने दिन पासपोर्ट आजूगा किसी का सटीक आंसर मुमकिन ही नहीं है जी ते सर कुछ ऐदा भी है कि PPR किसी स्पेसिफिक प्रोविंस तो ही ज्यादा आ रही है साडे कोल टोरंटो दी बहुत आई है क्योंकि टोरंटो दी फाइल बहुत सी ओके मैं आपके ऑफिस भी कीता पिछले 5-7 दिन च रोज परमात्मा ने दया 5-7 पासपोर्ट आ रहे ने बट जो असीं देखने की कोशिश की ओहदा कारण की सीगा जे मेरे कोल 200 फाइल सवा 200 फाइल एक शहर दी लगी हुई है सो
ठीक कह रहे हो, जिहड़ा उहदी रिवोकेशन है वह टैंपरेरी है, सो इहदा हले परमानेंट आउटकम फैसला कदों ते की आंदा है इहदे उपर कुछ नहीं कहा जा सकदा जी। ते सर हुण प्रोसेसिंग टाइम घटिया है एमबीसी दा कुछ अपडेट आई है? प्रोसेसिंग टाइम कोई नहीं घटिया, रिजेक्शन रेट वधिया क्योंकि बहुत सारी रिफ्यूजल आई है, क्योंकि कई फाइल्स होल्ड पईआं सी बहुत बहुत देर तो, सो कितने ना कितने रिफ्यूजल लॉट क्लीयर करता, जिहड़े नॉन क्वालिफाइड है उन्होंने क्लीयर कर दिता कि ना उन्होंने पासपोर्ट मंगना कुछ करना क्लोज चैप्टर है, वो रीअप्लाई करेंगे तो दोबारा कतार चाहिए। सो रिफ्यूजल दे विच ए है, मैं लोगों को नहीं कह सकता रिफ्यूज केस दे माहिर, ना मैं रिफ्यूज कराउन दा माहिर ते ना मैं रिफ्यूज केसिस दा माहिर। जिहड़े रिफ्यूज केसिस दे माहिर कहंदे ना आपदे आप नूं, इक सवाल पुछो सर थोड़ा को वीजा रिफ्यूज होया, दूए दा रिफ्यूज होए वीजे नूं मैं कहना जी मेरे कोल ला दो मैं माहिर हां राइट, ते मेरी कंपनी च वीजा रिफ्यूज नहीं हुंदा, केहड़ा कंसल्टेंट है पंजाब च या हिंदुस्तान च या दुनिया भर च जिहदे कोल रिफ्यूजल ही नहीं आई? सो माहिर तां नहीं हैगा, हां एक एक्सपर्टाइज है, एक एसओपी नूं या एक कवरिंग लैटर लिखण दी स्ट्रेंथ रखदे आ जिहदे आधार ते रीअप्लाई करके वीजा हासिल करन दी परमात्मा ने एक क्षमता दित्ती है, वो काफी हद तक कामयाब रहने हैं जी। ते सर ट्रैवल दा कोई अपडेट कैनेडा दे वल्लों मिले? कैनेडा ट्रैवल कर रहे हैं जी, सिर्फ स्टूडेंट ट्रैवल करूंगा विद द न्यू गाइडलाइंस, बाकी नॉन एसेंशियल ट्रैवल किते भी नहीं है। ऑस्ट्रेलिया कदों खोलता है हिंट्स दे रहे हैं, ऑस्ट्रेलिया अज दी तरीक दे विच न्यू साउथ वेल या डार्विन पहला एरिया ओपन हुंदा सानू जरा ख्याल जी, विक्टोरिया नहीं हुंदा जी। ते इस दे नाल ही देखते हैं अगले कॉलर साडे नाल ने। हेलो हेलो जी। ते सर हुण तक आस्ट्रेलिया लई ना मैं कुछ क्वेश्चंस एदां दे भी इनकाउंटर कीते के जिथे बच्चा कह रहे भी सानूं वीजा मिल गया आस्ट्रेलिया दा, बट असीं ऑनलाइन क्लासेस नहीं ला रहे। क्यों नहीं ला रहे? की कारण दोंगे? इंटरनेट नहीं है तुहाडे कोले, 5G 4G तुहाडा देश करी जांदा, पेटीएम तुहाडे देश दा, आई टी साडा है, फेसबुक ते आपां धरने लाए हुए हैं, फिर यूट्यूब आपां गाई हुई है, ते आपां कहते हैं साडे कोल इंटरनेट नहीं है। सो कॉलेज दी रिफंड पॉलिसी पढ़ के फी अंडरस्टैंड करके ऑनलाइन कर दो, जो उन्होंने बॉर्डर ते पुछया 6 महीने बाद खुल गया, जो जय मनन जाते हैं कभी भाई साहब पढ़े क्यों नहीं, की जवाब दोगे? हाँ जी, मेरे को कॉलर ने नाल जी। हेलो 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 जी। ते सर यही चीज कैनेडा दे विच भी देखी गई है कि एआईपीज तो हुण तां चलो एआईपीज नहीं आ रही है, एआईपी तो बाद रिफ्यूजल्स भी आई है राइट, और देखो ए ऑनियन है, उन्होंने ग्रांट्स किते केड़े हालात च किते गलतियां, हालांकि मैं उस चीज का एक बड़ा अगेंस्ट हां, मैं पहले एआईपी दिंदे ही ना मेरे कागज नकली ना मेरा क्राइम रिकॉर्ड, हुण क्यों डिक्लाइन किया राइट, मैं बच्चे दे पक्खों बोला तो मैं बच्चे दे बिल्कुल नाल, बट हुक्म रात दे हुक्म अगे सी उस चीज अगे पुथा जा या लचार हाँ या सानू पूरी जानकारी नहीं उन्होंने क्यों किया, सो सानू तो धक्का ही लगता जी। ते सर जे गल करा पाथवे प्रोग्राम सी जिदे बारे पंजाब दे विच गल बहुत ही ज्यादा घट की जाती है राइट, सब तो पहले घट क्यों की जाती है? पंजाब पाथवे की गल की होंगी, एक साल इतने पढ़ लो, 3 साल उत्थे पढ़ लो, जिन्हें उत्थे जाके पढ़ना उन्हें इतने नहीं पढ़ना राइट। मेरे को भी पंजाब पाथवे है, दुनिया भर यूनिवर्सिटियां पाथवेज उन्ना आस्ट्रेलिया दे विच नेविटास वर्गा ग्रुप, स्टडी ग्रुप वर्गा ग्रुप, या जे आपां किन्ने किन्ने वड्डे एडुके वर्गे ग्रुप्स की गल करिए जिहड़े पूरे विश्व भर चो पहले साल बच्चे नूं कॉलेज पढ़ा के उस मुल्क च दूजे साल यूनिवर्सिटी कराउंदे ने घट फीस ते कराउंदे ने, पंजाब दे विच ओह तां नहीं कहा जांदा कि इहनूं छड्ड पढ़ के की लैणा, सो जिहड़े उन्ना कंट्रीज च बच्चे लॉन्ग टर्म करियर बनाना चाहुंदे ने, सो ओह जे डिप्लोमा लीडिंग टू डिग्री जांदे ने किसे भी कंट्री च या पाथवे लीडिंग टू डिग्री जांदे आ, ते उन्हां दी जिहड़ी माइग्रेशन हैगी है या जिहड़ी उन्हां दी इक रियालिटी जिहड़ी उन्हां दी पढ़ाई वल इक सफर है ओह बहुत सुखाला लगदा क्योंकि उन्हां यूनिवर्सिटी लई प्रिपेयर कराउंदे ने। सो बट साडे इत्थे इक ओवर कॉन्फिडेंस दा रवाज ही इन्ना है, सानूं लगदा सानूं किसे चीज़ दी लोड़ ही नहीं है जी। ते सर ए भी कहा जांदा कि जेकर मतलब तुसी डायरेक्टली नहीं जा पा रहे किसी कंट्री, तुसी पाथवे राही चल जाओ, पाथवे राही पहली गल वीजा कदी गारंटीड नहीं हुंदा, जेड़ा पाथवे दी गारंटी दिंदा उनका भाजी पैसे बाद च ले लियो, भी तुसी कहने हो भी इंडिया च मैं थोड़े कोले साल पढ़ना, साल पढ़ के मैं दूए साल वर्ल्ड दी 34 यूनिवर्सिटियां चल जांगा, उन्हें कह दो भाजी लख दी थां ते 2 लख ले लियो, लै बाद च ले दिंदा उदो जदे कहते जी मेरी पढ़ाने की कॉस्ट है, एडा ही कॉन्फिडेंस है फ्री पढ़ा लो यार राइट, या क्लीयर कह दो कि पता नहीं भाई जा पाएगा कि नहीं जा पाएगा, अज बच्चा एड ला दे कि 5 बैंड नाल आ जाओ 5.5 नाल आ जाओ, जिसे 6 महीने पढ़ के अज 5.5 या पासवे नाल 6 कितों कर लूगा जी, या उत्थे फेल होगा या उत्थे फेल होगा, सो आपका उल्लू सुधू करन नूं लेके व्यापार बनाया गया जी। ते इस दे नाल ही अगले दर्शक भी नाल ने जी। हैलो हैलो जी। ते सर सिंगापुर दी बहुत ज्यादा गल कीती जांदी है जदों भी पाथवे दी पाथवे दा जिक्र हुंदा है, सब तो पहला तो मतलब सिंगापुर ही क्यों एक हब, सिंगापुर सानू प्रमोट करदे 2011 बल्क में सिंगापुर प्रमोट कर रिपांशी, अज दा नहीं है, उत्थे मेरे आप दे हत्थी बनाए हुए पाथवेज ने, मेरे कोले अपने टाइप्स है कॉलेजेस नाल अगो माइग्रेशन दा, मैं वंस ते गल ही नहीं करदा राइट, असीं विश्व भर चो बंदे लेते हैं, बहुत सस्ती फीस ते भेजांगा, गारंटेड कैश, गारंटेड सीओए, गारंटेड ओएल, बट गारंटेड वीजा नहीं है,
ਗਰੰਟਡ ਕੈਸ਼ ਗਰੰਟਡ ਸੀਓਈ ਗਰੰਟਡ ਕ੍ਰੈਡਿਟ ਟ੍ਰਾਂਸਫਰ ਆਫਰ ਲੈਟਰ ਫੀ ਰਿਸੀਵ ਦੀ ਗਰੰਟੀ ਪਰ ਵੀਜ਼ੇ ਦੇ ਨਹੀਂ ਹੈ ਰਾਈਟ ਹਾਂ ਇਹ ਕਹਿੰਦਾ ਵੀ ਜਿਹੜੀ ਸਿੰਗਾਪੁਰ ਚ ਪੜ੍ਹਾਈ ਕਰਾਵਾਂਗੇ ਉਹਦੇ ਰੈਲੇਵੈਂਟ ਪ੍ਰੋਗਰਾਮ ਦਵਾਵਾਂਗੇ ਔਰ ਜੇ ਰੱਬ ਨਾ ਕਰੇ ਅੱਗੇ ਨਹੀਂ ਜਾ ਪਾਉਣ ਜਿਹਦਾ ਸਿੱਧਾ ਹੁੰਦਾ ਸਿੰਗਾਪੁਰ ਨਾ ਜਾਓ ਜੇ ਤੁਹਾਡੇ 6 ਈਚ ਹੈ 2019 ਪਾਸ ਹੋ 20 ਪਾਸ ਹੋ ਵਾਈ ਗੋ ਟੂ ਸਿੰਗਾਪੁਰ ਕੋਈ ਲੋੜ ਨਹੀਂ ਪਕਾਈ ਨਾ ਮਾਰੋ ਕਿਸੇ ਦੀ ਗੱਲਾਂ ਚ ਨਾ ਆਓ ਕੋਈ ਲੋੜ ਨਹੀਂ ਸਿੱਧੀ ਟ੍ਰਾਈ ਮਾਰੋ ਹਾਂ ਲੱਗ ਰਿਹਾ ਨਹੀਂ ਹੋ ਰਿਹਾ ਪਾਥਵੇ ਯੂਕੇ ਦੇ ਵਿੱਚ ਬਹੁਤ ਐਡਵਾਂਟੇਜਸ ਹੈ ਸਿੰਗਾਪੁਰ ਤੋਂ ਰੁਪਾਂਸ਼ੀ ਸੋ ਇੱਕ 10ਵੀਂ ਪਾਸ ਬੰਦਾ ਜਿਹੜਾ ਯੂਕੇ ਡਾਇਰੈਕਟ ਕਦੀ ਨਹੀਂ ਜਾ ਸਕਦਾ ਰਾਈਟ ਪੰਜਾਬ ਤੋਂ ਨਹੀਂ ਜਾ ਸਕਦਾ ਬੱਚਾ ਪਲੱਸ 2 ਸੌਰੀ ਸਿੰਗਾਪੁਰ ਜਾ ਸਕਦਾ ਆਫਟਰ 10th ਬੱਚਾ ਜਦੋਂ ਸਿੰਗਾਪੁਰ ਜਾਂਦਾ ਸਿੰਗਾਪੁਰ ਜਾ ਕੇ ਸਾਡੇ ਕੋਲੇ ਸਾਲ ਪੜਦਾ ਅਸੀਂ ਉਹਨੂੰ ਡਾਇਰੈਕਟ ਸੈਕੰਡ ਇਅਰ ਬੈਚਲਰਸ ਐਡਮਿਸ਼ਨ ਦਵਾਉਂਦੇ ਓਕੇ ਡਾਇਰੈਕਟ ਸੋ ਉਹਨਾਂ ਲਈ 10th ਪਾਸ ਬੱਚਾ ਜਿਹੜਾ 3-4 ਸਾਲ ਦਾ ਗੈਪ ਹੋ ਚੁੱਕਾ ਹੈ ਕਿਹਨਾਂ ਕਾਰਨਾਂ ਕਰਕੇ ਨਹੀਂ ਜਾ ਸਕਿਆ ਉਹ ਵਿਦਆਊਟ IELTS ਵਿਦਆਊਟ ਇੰਟਰਵਿਊ ਐਜ਼ ਆਫ ਨਾਓ ਰਾਈਟ ਫਾਈਨਲੀ ਇੰਡੀਆ ਚ ਲੱਗੂਗੀ ਬਟ ਸਿੰਗਾਪੁਰ ਤੋਂ ਗਾਹ ਮੂਵ ਕਰ ਸਕਦਾ ਜੀ ਤੇ ਸਰ ਯੂਕੇ ਦਾ ਇਸ ਵੇਲੇ ਕਰੰਟ ਸਿਨੈਰੀਓ ਕੀ ਦੇਖਿਆ ਬਹੁਤ ਵਧੀਆ ਜੀ ਵੀਜ਼ਾ ਆ ਰਹੇ ਹੈ ਐਡ ਬੰਦ ਹੈ ਕਿਉਂਕਿ ਪੈਕੇਜ ਬੰਦ ਹੈ ਰਾਈਟ ਪੈਕੇਜ ਕਿਉਂ ਬੰਦ ਹੈ ਕਿਉਂਕਿ ਇੰਟਰਵਿਊ ਆਨ ਹੈ ਸੋ ਸਾਡੇ ਕੋਲੇ ਜੀ ਅੱਜ ਵੀ 5.5 ਬੈਂਡ ਓਵਰਆਲ ਨਾਲ 5.5 ਈਚ ਨਾਲ ਮਾਸਟਰਸ ਵੀ ਅਵੇਲੇਬਲ ਹੈ ਸੋ ਉਹਦੀ ਮੇ ਇਨਟੇਕ ਵੀ ਓਪਨ ਹੈ ਅਪ੍ਰੈਲ ਇਨਟੇਕ ਵੀ ਓਪਨ ਹੈ ਸਾਡੇ ਕੋਲੇ ਇਨਟੇਕਸ ਹੈਗੀਆਂ ਹਾਲੇ ਵੀ ਯੂਕੇ ਬੰਦ ਨਹੀਂ ਹੈ ਯੂਕੇ ਦੀ ਐਡ ਬੰਦ ਹੈ ਕਿਉਂਕਿ ਯੂਕੇ ਚ ਪੈਕੇਜ ਬੰਦ ਜੀ ਤੇ ਇਸ ਦੇ ਨਾਲ ਹੀ ਅਗੇ ਅਗਲੇ ਦਰਸ਼ਕ ਵੀ ਨਾਲ ਨੇ ਜੀ ਹੈਲੋ 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 ਸਤਿ ਸ਼੍ਰੀ ਅਕਾਲ ਜੀ ਬਿਲਕੁਲ ਕਰ ਸਕਦੇ ਹੋ ਜੀ ਕੀ ਪੜ੍ਹੇ ਹੋਏ ਹੋ ਕੀ ਕੁਆਲੀਫਿਕੇਸ਼ਨ ਹੈ ਬ੍ਰਦਰ ਹਾਂਜੀ ਰਾਈਟ ਵੈਰੀ ਗੁੱਡ ਕਿਹੜੇ ਈਅਰ ਚ ਕੀਤੀ ਹੋਈ ਹੈ ਈਚ ਈਚ ਬੈਂਡਸ ਕਿੰਨੇ ਹੈ ਓਕੇ ਯੂਕੇ ਬਿਲਕੁਲ ਐਕਸੈਪਟੇਬਲ ਹੈ ਤੁਸੀਂ ਨਾਲ ਜਾਣਾ ਚਾਹੁੰਦੇ ਹੋ ਜਾਂ ਥੋੜੀ ਦੇਰ ਬਾਅਦ ਵੀ ਜਾ ਸਕਦੇ ਹੋ ਜੇ ਤੁਸੀਂ ਨਾਲ ਨਾ ਜਾਓ ਤਾਂ ਬਹੁਤ ਸਸਤੇ ਪ੍ਰੋਗਰਾਮਸ ਹੈ ਫਾਈਨਲ ਈਅਰ ਦੀ ਲੇਟਰ ਐਂਟਰੀ ਹੈ ਰਾਈਟ ਜੇ ਤੁਸੀਂ ਨਾਲ ਜਾਣਾ ਤਾਂ ਮੈਨੂੰ ਮਾਸਟਰਸ ਪੈਣਾ ਪ੍ਰੋਗਰਾਮ ਮਹਿੰਗਾ ਹੁੰਦਾ ਜਾਣਾ ਪ੍ਰੋਗਰਾਮ ਇਰਰੈਲੇਵੈਂਟ ਹੁੰਦਾ ਜਾਣਾ ਰਾਈਟ ਸੋ ਯੂਕੇ ਬਿਲਕੁਲ ਐਲੀਜੀਬਲ ਹੋ ਜੀ ਤੁਸੀਂ ਕਿਉਂਕਿ ਜੇ ਹਸਪੀਟਲ ਜੋਬ ਕਰ ਰਹੇ ਹੋ ਆਪਣੇ ਕੋਲ ਪ੍ਰਮਾਣ ਹੈਗੇ ਕਿ ਮੈਂ ਜੋਬ ਕਰ ਰਿਹਾ ਤਾਂ ਬਿਲਕੁਲ ਐਲੀਜੀਬਲ ਜੀ ਤੇ ਇਸ ਦੇ ਨਾਲ ਹੀ ਅਗਲੇ ਦਰਸ਼ਕ ਦਾ ਵੀ ਸਵਾਲ ਜਾਣਦੇ ਹਾਂ ਜੀ ਹੈਲੋ ਹੈਲੋ ਮੇਰਾ ਖਿਲਾ ਆਪਣੇ ਦਰਸ਼ਕ ਨਾਲ ਪੁੱਛਣਾ ਆਪਣਾ ਨੈਟਵਰਕ ਕਿਹੜੇ ਤੋਂ ਕਾਲ ਕਰ ਰਹੇ ਭਾਜੀ ਦੀ ਆਵਾਜ਼ ਬੜੀ ਕਲੀਅਰ ਆਈ ਸੀ ਹੈਲੋ ਜੀ ਤੇ ਸਰ ਸਿੰਗਾਪੁਰ ਦਾ ਜਿੱਦਾਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਆਫਟਰ 10th ਜੇ ਬੱਚਾ ਜਾਂਦਾ ਓਬਵੀਅਸਲੀ ਉਹ ਕੋਰਸ ਉੱਥੇ ਹੀ ਜਾ ਕੇ ਚੂਜ਼ ਕਰਦਾ ਹੈ ਕਿ ਉਹਨੇ ਕੀ ਇੱਥੋਂ ਭਰਾਂਗੇ ਅਸੀਂ ਵਿਦ ਸਕਾਲਰਸ਼ਿਪ ਪੇ ਜਾਣਾ ਸਿੰਗਾਪੁਰ ਵਿਦ ਸਕਾਲਰਸ਼ਿਪ ਨਾ ਪੈਕੇਜ ਨਾ ਇੰਨੇ ਲੱਖ ਦੇ ਦੀ ਨਾ 19 ਲੱਖ ਦੇ ਦੀ ਅਸੀਂ ਇਹ ਕਰ ਦਾਂਗੇ ਕੁਛ ਨਹੀਂ ਹੈ ਕਾਲਜਸ ਸਕਾਲਰਸ਼ਿਪਸ ਰਨ ਕਰ ਰਹੇ ਕੋਵਿਡ ਨੇ ਹਰ ਇੱਕ ਨੂੰ ਮਾਰ ਮਾਰੀ ਹਰ ਵਪਾਰ ਤੇ ਕੋਵਿਡ ਦਾ ਅਸਰ ਹੈ ਕੋਈ ਕਾਲਜ ਉਸ ਤੋਂ ਵਿੰਨੇ ਨਹੀਂ ਰਹੇਗੇ ਵੀ ਕਾਲਜ ਨੂੰ ਫਰਕ ਨਹੀਂ ਪੈਣਾ ਸੋ ਕਾਲਜ ਸਾਨੂੰ ਬੜੇ ਮੇਜਰ ਸਕਾਲਰਸ਼ਿਪਸ ਆਫਰ ਕਰ ਰਹੇ ਸਿੰਗਾਪੁਰ ਦੇ ਵੀ ਰਾਈਟ ਔਰ ਪ੍ਰਾਈਵੇਟ ਕਾਲਜਸ ਦੀ ਗੱਲ ਕਰ ਰਹੇ ਹਾਂ ਵਿਦ ਪਾਥਵੇ ਗੱਲ ਕਰ ਜੀ ਤੇ ਇਸ ਦੇ ਨਾਲ ਹੀ ਅਗਲੇ ਦਰਸ਼ਕ ਦਾ ਸਵਾਲ ਲੈਣੇ ਕਾਲ ਵੇਟ ਕਰ ਲਿਆ ਕਰੋ ਜੀ ਤੁਸੀਂ 5-6 ਕਾਲ ਚੱਕਦੀ ਮੇਰੇ ਕੋਲ ਆਪਾਂ ਵੇਟ ਕਰ ਲੈਣੇ ਜੀ ਹੋ ਹੈਲੋ ਹੈਲੋ ਜੀ ਤੇ ਸਰ ਪਹਿਲਾਂ ਤਾਂ ਇਹੀ ਸੀਗਾ ਕਿ 5.5 ਬੈਂਡਸ ਨੇ ਕਿਊਬੈਕ ਚਲ ਜਾਓ ਮੌਂਟਰੀਅਲ ਚਲ ਜਾਓ ਹੁਣ ਵੀ ਕੀ 5.5 ਬੈਂਡਸ ਪ੍ਰਮੋਟ ਕੀਤੇ ਜਾ ਰਹੇ ਨੇ ਬਿਲਕੁਲ ਇੱਕ ਚ 5.5 ਔਰ ਟੋਰਾਂਟੋ ਚਲ ਜਾਓ ਸਾਡੇ ਕੋਲੇ ਘੱਟੋ ਘੱਟ 5 ਕਾਲਜ ਹੈ ਜਿਹੜੇ ਇੱਕ ਚ 5.5 ਨੂੰ ਟੋਰਾਂਟੋ ਚ ਆਫਰ ਦਿੰਦੇ ਇਹ ਇਟ ਇਜ਼ ਟਾਈਮ ਫਾਰ ਟੋਰਾਂਟੋ ਨਾਓ ਟੋਰਾਂਟੋ ਚ ਇੰਨੇ ਕੈਂਪਸਸ ਖੁੱਲ ਗਏ ਨੇ ਕਿ ਟੋਰਾਂਟੋ ਇਟਸੈਲਫ ਇੰਨਾ ਬੱਚਾ ਖਪਾ ਸਕਦਾ ਕਿ ਪੂਰੇ ਕੈਨੇਡਾ ਨੂੰ ਪੈਰਲ ਖੜਾ ਹੋ ਸਕਦਾ ਜਿੰਨੀ ਸੀਟ ਟੋਰਾਂਟੋ ਚ ਹੋਣਾ ਹੀ ਹੈ ਜਿੰਨੀ ਸੀਟ ਟੋਰਾਂਟੋ ਟੋਰਾਂਟੋ ਦੇ ਵਿੱਚ ਬ੍ਰੈਂਪਟਨ ਮਿਸੀਸਾਗੇ ਦੀ ਚਾਹੀਏ ਸ਼ਾਇਦ ਅੱਧੇ ਕਿਊਬੈਕ ਤੋਂ ਵੱਧ ਕਪੈਸਿਟੀ ਰੱਖਦਾ ਜੀ ਇੰਨਾ ਇੱਕ ਨਵਾਂ ਕਾਲਜ ਆਇਆ ਉੱਥੇ ਤੇ ਸਰ ਜਿੱਦਾਂ ਤੁਸੀਂ ਕਿਹਾ ਕਿ ਸੈਪਟੈਂਬਰ ਇਨਟੇਕ ਵੀ ਹੈਗਾ ਤੇ ਨੈਕਸਟ ਈਅਰ ਵੀ ਮੇ ਵੀ ਹੈਗਾ ਹਲੇ ਜੁਲਾਈ ਇਨਟੇਕ ਵੀ ਹੈਗਾ ਸੈਪਟੈਂਬਰ 21 ਵੀ ਹੈਗਾ ਜਨਵਰੀ 22 ਵੀ ਹੈਗਾ ਸੈਪਟੈਂਬਰ 22 ਵੀ ਹੈਗਾ ਰਾਈਟ ਸੋ ਜਦੋਂ ਆਪਾਂ ਸਟੂਡੈਂਟ ਵੀਜ਼ੇ ਦੇ ਵਿੱਚ ਵੜਦੇ ਆ ਇਹਦੀ ਗ੍ਰੈਜੂਏਸ਼ਨ ਜਾਂਦੇ ਜਦੋਂ ਆਪਾਂ ਕੋਰਸ ਕਿਨੀ ਤੁਰਦੇ ਆ ਜਦੋਂ ਆਪਾਂ ਇੱਕ ਚੋਣ ਕਿਨੀ ਤੁਰਦੇ ਆ ਸੋ ਉਦੋਂ ਬਹੁਤ ਸਾਰੀਆਂ ਆਪਸ਼ਨਸ ਨਿਕਲ ਆਉਂਦੀਆਂ ਜੀ ਤੇ ਸਰ ਜਿੱਦਾਂ ਤੁਸੀਂ ਕਿਹਾ ਕਿ ਰਿਫਿਊਜ਼ਲਸ ਵੀ ਕਾਫੀ ਦੇਖੇ ਗਏ ਨੇ ਪਿਛਲੇ ਕੁਝ ਟਾਈਮ ਦੇ ਵਿੱਚ ਉਹ ਰਿਫਿਊਜ਼ਲਸ ਪਹਿਲਾਂ
ਨੈਟਵਰਕ ਕਿਹੜੀ ਕੰਪਨੀ ਦਾ ਵੀਰੇ? ਬੜੀ ਮੁਸ਼ਕਿਲ ਗੱਲ ਹੋਈ ਹੈ, ਤੁਹਾਡੇ ਵਾਲਾ ਨੈਟਵਰਕ ਠੀਕ ਹੈ ਬਿਲਕੁਲ? ਹਾਂਜੀ, ਕੀ ਸਵਾਲ ਯਾਰ? ਦੇਖ ਰਾਜੇ, ਪਾਸਪੋਰਟ ਕਾਲਜ ਕਿਹੜਾ ਤੇਰਾ? ਕਿਹੜਾ? ਮੈਟ੍ਰਿਕਸ ਮੈਟ੍ਰਿਕਸ ਸਲੋ ਚੱਲ ਰਿਹਾ ਮੈਟ੍ਰਿਕਸ, ਜਿਹੜੇ ਕਾਲਜ ਦੇ ਸਵਾਲ ਚੱਕੇ ਗਏ ਸੀ 10-11 ਤੇ, ਥੋੜੀ ਜਿਹੀ ਉਹਨਾਂ ਦੀ ਆਊਟਕਮ ਸਲੋ ਹੈ। ਇਹਦਾ ਕੋਈ ਪ੍ਰਮਾਣ ਨਹੀਂ ਹੈ, ਕੋਈ ਲਿਖਤ ਜਾਣਕਾਰੀ ਨਹੀਂ ਹੈ, ਠੀਕ ਹੈ? ਇਹ ਸਾਡੀਆਂ ਅਟਕਲਾਂ, ਕਿਉਂਕਿ ਸਾਡਾ ਤਜਰਬਾ ਸੀ, ਜਿਹੜੇ 5-7 ਕੰਸਲਟੈਂਟ ਠੀਕ ਠਾਕ ਆਪਸ ਚ ਗੱਲ ਕਰ ਲੈਂਦੇ ਮਾੜੀ ਮੋਟੀ, ਸੋ ਉੱਥੋਂ ਅੰਦਾਜ਼ਾ ਹੁੰਦਾ ਹੈ ਕਿ ਸਭ ਦੀਆਂ ਪਾਸਪੋਰਟ ਰਿਕੁਐਸਟ ਰੁਕੀਆਂ ਹੋਈਆਂ। ਇਹਦਾ ਸਪਸ਼ਟੀਕਰਨ ਪੋਜ਼ਿਟਿਵ ਜਾਂ ਨੈਗੇਟਿਵ ਅੰਬੈਸੀ ਪੱਖੋਂ ਜਾਂ ਕਿਊਬੈਕ ਦੀ ਬਾਡੀ ਪੱਖੋਂ ਕੋਈ ਕਿਸੇ ਕੋਲ ਨਹੀਂ ਹੈ ਜੀ। ਤੇ ਸਰ, ਸਿੰਗਾਪੁਰ ਪਾਥਵੇ ਤਾਂ ਤੁਸੀਂ ਦੱਸਿਆ ਕਿ ਬੱਚਾ ਯੂਕੇ ਵੀ ਜਾ ਸਕਦਾ ਹੈ, ਕੀ ਕੈਨੇਡਾ ਐਂਡ ਆਸਟ੍ਰੇਲੀਆ ਦੇ ਲਈ ਵੀ? ਕੈਨੇਡਾ ਆਸਟ੍ਰੇਲੀਆ ਵੀ ਗਰੰਟਿਡ ਪਾਥਵੇ ਹੈਗਾ, ਗਰੰਟਿਡ ਐਡਮਿਸ਼ਨ ਹੈ, ਗਰੰਟਿਡ ਜੀਟੀਈ ਹੈ, ਬਟ ਗਰੰਟਿਡ ਵੀਜ਼ਾ ਨਹੀਂ। ਓਕੇ, ਮੈਂ ਕਦੀ ਕਿਸੇ ਨੂੰ ਕਹਿ ਕੇ ਸਿੰਗਾਪੁਰ ਜਾਂਦਾ ਕਾਲਜ ਦੀ ਪੜ੍ਹਾਈ ਦੀ ਮਾਰ ਹੈ ਜਾਂ ਅੰਗਰੇਜ਼ੀ ਮਾਰੀ ਹੈ, ਪੈਸੇ ਘੱਟ ਹੈ, ਮੈਂ ਤੁਹਾਡੀਆਂ ਲਹੂ ਦੀ ਰੋਟੀਆਂ ਨਹੀਂ ਬਣਾ ਸਕਦਾ। ਸੋ ਜਾਓ, ਇਹ ਸੋਚ ਕੇ ਜਾਓ ਮੈਂ ਸਿੰਗਾਪੁਰ ਜਾ ਰਿਹਾ, ਅੱਗੇ ਗਿਆ ਤਾਂ ਭਲਾ, ਨਹੀਂ ਤਾਂ ਮੈਂ ਜੋ ਉਸ ਮੁਲਕ ਜਾ ਰਿਹਾ ਉਹਦੇ ਘਾਟੇ ਵਾਧੇ ਨਫੇ ਨੁਕਸਾਨ ਸੋਚ ਕੇ ਜਾਓ। ਵੈਸੇ ਸਰ, ਉੱਥੇ ਜਾ ਕੇ ਮਤਲਬ ਬੱਚਿਆਂ ਨੂੰ ਵਰਕ ਰਾਈਟਸ ਵੀ ਮਿਲਦੇ ਨੇ? ਵਰਕ ਰਾਈਟਸ ਨਹੀਂ ਮਿਲਦਾ ਜੀ, ਬਿਲਕੁਲ ਓਜੀਟੀ ਮਿਲਦੀ ਹੈ। ਓਕੇ, ਰਾਈਟ, ਓਜੀਟੀ ਮਿਲਦੀ ਹੈ, ਪੜ੍ਹਾਈ ਤੋਂ ਬਾਅਦ ਮਿਲਦੀ ਹੈ, 6 ਮਹੀਨੇ ਦਾ ਪ੍ਰੋਗਰਾਮ ਹੁੰਦਾ, ਸੋ ਉਹਦੇ ਚ ਕੰਮ ਕਰਦਾ। ਹੈਲੋ, ਹਾਂਜੀ 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 ਜੀ, ਇੱਕ ਮੁਸ਼ਕਿਲ ਨਾਲ ਆ ਗਿਆ ਸੀ ਇਹਨਾਂ ਦੀ ਕਾਲ। ਮੇਰਾ ਖਿਆਲ ਆਪਣੀ ਆਵਾਜ਼ ਸੁਣਨ ਦੀ ਚਾਹ ਦੇ ਵਿੱਚ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ, ਦੱਸੋ। ਯੂਐਸਏ ਦੀ ਰਿਫਿਊਜ਼ਲ ਹੈ? ਵਿਦਆਊਟ ਆਇਲਸ ਰਿਫਿਊਜ਼ਲ ਸੀਗੀ? ਕੀ ਕਿਹਾ ਉਹਨਾਂ ਨੇ? ਇੰਟਰਵਿਊ ਅੰਗਰੇਜ਼ੀ ਚ ਲਿੱਤੀ ਉਹਨੇ, ਆਪਣਾ ਤਾਂ ਬੋਲਿਆ ਨਹੀਂ ਗਿਆ। ਹੁਣ ਕੀ ਚਾਹੁੰਦਾ ਹੁਣ ਕੀ ਚਾਹੁੰਦਾ ਹੁਣ ਕੀ ਚਾਹੁੰਦੇ ਹੋ? ਬ੍ਰਦਰ, ਲੈ ਸਕਦਾ ਪਰ ਮੈਂ ਵੀਜ਼ੇ ਦੀ ਗਰੰਟੀ ਨਹੀਂ ਦਿਆਂਗਾ ਕਦੇ ਵੀ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਓਕੇ, ਮੈਂ ਬੁੱਧਵਾਰ ਨੂੰ ਜਲੰਧਰ ਹੋਣਾ, ਮੈਨੂੰ ਆਪ ਮਿਲਣਾ ਆ ਕੇ, ਮੈਂ ਤੈਨੂੰ ਯੂਐਸ ਦਾ ਸਾਰਾ ਸੱਚ ਸਮਝਾ ਦੂੰਗਾ ਵੀ ਸਿੰਗਾਪੁਰ ਦਾ ਸੱਚ ਕੀ ਹੈ, ਠੀਕ ਹੈ? ਰਾਈਟ, ਤੇਰੇ ਪਠਾਨਕੋਟੋਂ ਮੈਂ ਸਿੰਗਾਪੁਰ ਗੁਰਦਾਸਪੁਰੋਂ ਬੜੇ ਬੱਚੇ ਭੇਜੇ ਹੋਏ ਹੈ, ਬਟ ਸੱਚ ਸਮਝਾ ਕੇ ਭੇਜੂਗਾ ਵੀ ਨਿਕਲਣਾ ਕੀ ਹੈ ਕੀ ਨਹੀਂ ਹੈ, ਰਾਈਟ? ਸੋ ਜਿੰਨਾ ਗੁੜ ਪੈਂਦਾ ਉਨਾ ਮਿੱਠਾ ਆਉਂਦਾ, ਜਿੰਨੀ ਘੱਟ ਫੀਸ ਆ, ਜਿੰਨਾ ਸੌਖਾ ਜਾਣਾ ਹੈ, ਉਨਾ ਹੀ ਉੱਥੇ ਜਾ ਕੇ ਔਖ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਲ ਦੱਸੋ ਜੀ। ਕਿਹੜੀ ਕੰਟਰੀ ਜਾਣਾ, ਕੀ ਸਵਾਲ ਹੈ ਤੁਹਾਡਾ? ਰਾਈਟ ਰਾਈਟ, ਪਰਫੈਕਟ। ਬਿਲਕੁਲ ਹੋ ਸਕਦਾ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਬੜਾ ਖਤਰਨਾਕ ਇਸ਼ਾਰਾ ਹੋ ਰਿਹਾ ਵੀ ਸ਼ੋਅ ਖਤਮ ਕੀਤਾ ਜਾਵੇ, ਪਰ ਮੇਰੇ ਵੱਲੋਂ ਤੁਹਾਨੂੰ ਜੋ ਤੁਸੀਂ ਸਮਝਾਇਆ ਹੱਲ ਤੱਕ ਹਾਂ ਹੈ। ਤੁਸੀਂ ਮੇਰੀ ਕਿਸੇ ਵੀ ਨੇੜੇ ਦੀ ਬ੍ਰਾਂਚ ਵਿਜ਼ਿਟ ਕਰ ਲਓ, ਕਿਉਂਕਿ ਮੈਂ 2015 ਤੋਂ ਲੈ ਕੇ 20 ਤੱਕ ਦਾ ਤੁਹਾਡਾ ਇਤਿਹਾਸ ਤੇ ਵਰਤਮਾਨ ਜਾਣਨਾ ਚਾਹੁੰਦਾ। ਜੀ, ਥੈਂਕ ਯੂ ਸੋ ਮਚ ਨਵਨੀਤ ਸਰ, ਸਾਨੂੰ ਜੁਆਇਨ ਕਰਨ ਦੇ ਲਈ ਤੇ ਵਿਊਅਰਸ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਤੇ ਇਸੇ ਦੇ ਨਾਲ ਜੀ, ਸਭ ਤੋਂ ਪਹਿਲਾਂ ਤਾਂ ਉਹਨਾਂ ਕਾਲਰਸ ਤੋਂ ਮਾਫੀ ਜਿਨ੍ਹਾਂ ਦੀ ਕਾਲ